ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਸਮ ਆਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ, ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਆਈ ਹਾਂ। ਬੜਾ ਸੌਖਾ ਜਿਹਾ ਡਿਜ਼ਾਈਨ ਆ, 12 ਸਲਾਈਆਂ ਦਾ ਟੋਟਲ ਡਿਜ਼ਾਈਨ ਆ, ਤੇ ਇਹਦੇ ਵਿੱਚੋਂ 6 ਸਲਾਈਆਂ ਉਲਟੀਆਂ ਜਿਹੜੀਆਂ ਉਹ ਬਿਲਕੁਲ ਉਲਟੀਆਂ ਹੀ ਬਣਨੀਆਂ ਨੇ। ਸਿੱਧੀ ਸਾਈਡ ਤੋਂ ਬਸ ਡਿਜ਼ਾਈਨ ਬਣੇਗਾ, ਤੇ 6-6 ਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਕੁੰਡੇ ਪਾਉਣੇ ਨੇ। 6-6 ਦੇ ਹਿਸਾਬ ਨਾਲ ਕੁੰਡੇ ਪਾ ਕੇ 3 ਕੁੰਡੇ ਵਾਧੂ ਪਾ ਲਾਂਗੇ, ਤੇ ਡਿਜ਼ਾਈਨ ਜਿਹੜਾ ਸਾਡਾ ਬਿਲਕੁਲ ਪੂਰਾ ਆ ਜਾਏਗਾ, ਤੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਬਣਿਆ ਹੋਇਆ। ਤੇ ਡਿਜ਼ਾਈਨ ਬਣਾਉਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਏ ਜੇ, ਵੀਡੀਓ ਪਹਿਲੀ ਵਾਰੀ ਦੇਖ ਰਹੇ ਜੇ, ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਤੇ ਨਾਲ ਹੀ ਬੈਲ ਆਈਕਨ ਨੂੰ ਦਬਾਉਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਤੇ ਮੈਂ ਤੁਹਾਡੇ ਲਈ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਜਿਹੜੇ ਲੈ ਕੇ ਆਉਂਦੀ ਰਹਿੰਦੀ ਹਾਂ। ਤੇ ਇੱਥੇ ਮੈਂ ਜਿਹੜੇ ਆ 12 ਕੁੰਡੇ ਪਾ ਕੇ 3 ਕੁੰਡੇ ਵਾਧੂ ਪਾਏ ਹੋਏ ਨੇ, 15 ਕੁੰਡੇ ਪਾਏ ਹੋਏ ਨੇ, ਤੇ ਡਿਜ਼ਾਈਨ ਹੁਣ ਆਪਾਂ ਬਣਾਉਣਾ ਸ਼ੁਰੂ ਕਰਾਂਗੇ। ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ। ਇਹ ਮੈਂ ਪਹਿਲਾਂ ਇੱਕ ਉਲਟੀ ਉਲਟੀ ਸਿਲਾਈ ਜਿਹੜੀ ਉਹ ਕੰਪਲੀਟ ਕਰ ਲਾਂਗੀ, ਕਿਉਂਕਿ ਡਿਜ਼ਾਈਨ ਜਿਹੜਾ ਸਾਡਾ ਉਹ ਸਿੱਧੀ ਸਾਈਡ ਤੋਂ ਸ਼ੁਰੂ ਹੋਏਗਾ। ਇਹ ਉਲਟੀ ਸਾਈਡ ਦੀ ਆਪਾਂ ਇੱਕ ਸਿਲਾਈ ਜਿਹੜੀ ਆ ਉਲਟੀ ਉਲਟੀ ਬਣਾ ਕੇ ਕੰਪਲੀਟ ਕਰ ਲਾਂਗੇ। ਤੇ ਤੁਸੀਂ ਜਦੋਂ ਵੀ ਇਹ ਡਿਜ਼ਾਈਨ ਬਣਾਉਣਾ ਆ, ਨੀਚੇ ਬਾਰਡਰ ਜ਼ਰੂਰ ਬਣਾ ਲੈਣਾ। ਬਾਰਡਰ ਬਣਾਉਣ ਤੋਂ ਬਾਅਦ ਇਹ ਡਿਜ਼ਾਈਨ ਬਣੇਗਾ, ਤੇ ਇਸ ਨੂੰ ਤੁਸੀਂ ਬੱਚਿਆਂ ਦੀ ਕੋਟੀ ਤੇ, ਜੈਂਟਸ ਕੋਟੀ ਤੇ ਕਿਤੇ ਵੀ ਪਾ ਸਕਦੇ ਜੇ। ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆ। ਉਲਟੀ ਸਿਲਾਈ ਆਪਾਂ ਬਣਾ ਲਈ ਇੱਕ ਬੇਸਿਕ ਰੋ, ਹੁਣ ਆਪਾਂ ਸਿੱਧੀ ਸਿਲਾਈ ਤੋਂ ਡਿਜ਼ਾਈਨ ਸ਼ੁਰੂ ਕਰਾਂਗੇ। ਪਹਿਲਾ ਕੁੰਡਾ ਉਤਾਰ ਲੈਣਾ ਆ, ਫਿਰ ਇੱਕ ਕੁੰਡਾ ਸਿੱਧਾ ਬਣਾਉਣਾ ਹੈ, ਫਿਰ ਧਾਗਾ ਆਪਣੇ ਵਾਲੀ ਸਾਈਡ ਕਰਾਂਗੇ। 5 ਕੁੰਡੇ ਇਸ ਤਰ੍ਹਾਂ ਬਿਨਾਂ ਬੁਣੇ ਉਤਾਰਾਂਗੇ, 2, 3, 4, 5, 5 ਕੁੰਡੇ ਬਿਨਾਂ ਬੁਣੇ ਉਤਾਰੇ। ਧਾਗਾ ਇਸ ਤਰ੍ਹਾਂ ਅੱਗੋਂ ਦੀ ਲੈ ਲੈਣਾ, ਥੋੜ੍ਹਾ ਜਿੰਨਾ ਲੂਜ਼ ਹੀ ਰੱਖਿਓ, ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ। ਤੇ ਵੀਡੀਓ ਨੂੰ ਐਂਡ ਤੱਕ ਵੇਖਿਓ, ਤੁਸੀਂ ਇਹ ਨਾ ਸਮਝ ਲਿਓ ਕਿ ਇਹ ਡਿਜ਼ਾਈਨ ਆਪਾਂ ਪਹਿਲਾਂ ਵੀ ਬਣਾਇਆ। ਇਹ ਡਿਜ਼ਾਈਨ ਬਿਲਕੁਲ ਅਲੱਗ ਆ ਤੇ ਬਹੁਤ ਹੀ ਪਿਆਰਾ ਆ। ਇੱਕ ਕੁੰਡਾ ਸਿੱਧਾ ਬਣਾਉਣ ਤੋਂ ਬਾਅਦ ਫਿਰ 5 ਕੁੰਡੇ ਸਲਿੱਪ ਕਰਾਂਗੇ, 3, 4, 5, ਐਂਡ ਤੱਕ ਤੁਸੀਂ ਵੀਡੀਓ ਵੇਖੋਗੇ ਤੇ ਡਿਜ਼ਾਈਨ ਜਿਹੜਾ ਤੁਹਾਨੂੰ ਸਮਝ ਆਏਗਾ। ਲਾਸਟ 'ਤੇ ਇੱਕ ਕੁੰਡਾ ਫਿਰ ਆਪਾਂ ਸਿੱਧਾ ਬਣਾ ਲੈਣਾ, ਅਤੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਵੀ ਸਿੱਧਾ ਬਣਾ ਲੈਣਾ। ਪਹਿਲੀ ਸਿਲਾਈ ਬਣ ਗਈ ਆ, ਉਲਟੀ ਸਿਲਾਈ ਜਿਹੜੀ ਉਹ ਆਪਾਂ ਪੂਰੀ ਉਲਟੀ ਬਣਾਉਣੀ। ਇਹਦੇ ਵਿੱਚ ਸਾਰੀਆਂ ਹੀ ਉਲਟੀਆਂ ਸਿਲਾਈਆਂ ਉਲਟੀਆਂ ਉਲਟੀਆਂ ਹੀ ਬਣਨਗੀਆਂ। ਉਹ ਆਪਾਂ ਜਲਦੀ ਜਲਦੀ ਬਣਾ ਕੇ ਕੰਪਲੀਟ ਕਰ ਲੈਂਦੇ ਹਾਂ। ਸਾਰੀਆਂ ਸਿਲਾਈਆਂ ਉਲਟੀਆਂ ਉਲਟੀਆਂ ਜਿਹੜੀਆਂ ਉਹ ਸਿੰਪਲ ਹੀ ਬਣਨੀਆਂ ਨੇ। ਪਹਿਲੀ ਸਿਲਾਈ ਬਣਾ ਲਈ ਆਪਾਂ ਡਿਜ਼ਾਈਨ ਦੀ, ਦੂਸਰੀ ਸਿਲਾਈ ਉਲਟੀ ਬਣਾ ਰਹੇ ਹਾਂ। ਹੁਣ ਅਸੀਂ ਆ ਗਏ ਹਾਂ ਡਿਜ਼ਾਈਨ ਦੀ ਤੀਜੀ ਸਿਲਾਈ 'ਤੇ। ਪਹਿਲਾ ਕੁੰਡਾ ਉਤਾਰ ਲਿਆ, ਤੀਸਰੀ ਸਿਲਾਈ ਵੀ ਬਿਲਕੁਲ ਆਪਾਂ ਪਹਿਲੀ ਸਿਲਾਈ ਦੀ ਤਰ੍ਹਾਂ ਬਣਾਉਣੀ। ਪਹਿਲਾ ਕੁੰਡਾ ਉਤਾਰ ਲਿਆ, ਫਿਰ ਦੂਜਾ ਕੁੰਡਾ ਸਿੱਧਾ ਬਣਾ ਲਿਆ, ਧਾਗਾ ਆਪਣੀ ਵਾਲੀ ਸਾਈਡ ਕਰ ਲਿਆ, 5 ਕੁੰਡੇ ਸਲਿੱਪ ਕਰ ਲਏ, 5 ਕੁੰਡੇ ਸਲਿੱਪ ਕਰ ਲਏ, ਧਾਗਾ ਪਿੱਛੇ ਕਰ ਲਿਆ, ਇੱਕ ਕੁੰਡਾ ਸਿੱਧਾ ਬਣਾ ਲਿਆ, ਫਿਰ ਧਾਗਾ ਆਪਣੀ ਵਾਲੀ ਸਾਈਡ ਕਰ ਲਿਆ, 5 ਕੁੰਡੇ ਸਲਿੱਪ ਕਰ ਲਏ, ਬਿਨਾਂ ਬੁਣੇ ਉਤਾਰ ਲਏ। ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਜੇ ਜਿਸ ਤਰ੍ਹਾਂ ਮੈਂ ਬਣਾ ਰਹੀ ਹਾਂ। ਇੱਕ ਕੁੰਡਾ ਸਿੱਧਾ ਅਤੇ ਲਾਸਟ ਵਾਲਾ ਕੁੰਡਾ ਵੀ ਸਿੱਧਾ ਬਣਾ ਲਿਆ। ਤੀਸਰੀ ਸਿਲਾਈ ਬਣ ਗਈ, ਹੁਣ ਆ ਗਏ ਅਸੀਂ ਚੌਥੀ ਸਿਲਾਈ ਦੀ। ਉਲਟੀ ਸਿਲਾਈ ਆ, ਪੂਰੀ ਉਲਟੀ ਬਣਾ ਲਾਂਗੇ। ਪੂਰੀ ਸਿਲਾਈ ਆਪਾਂ ਉਲਟੀ ਉਲਟੀ ਬਣਾ ਲੈਣੀ ਆ। ਚੌਥੀ ਸਿਲਾਈ 12 ਸਿਲਾਈਆਂ ਦੇ ਵਿੱਚ ਇਹ ਡਿਜ਼ਾਈਨ ਜਿਹੜਾ ਬਣ ਕੇ ਰੈਡੀ ਹੋਏਗਾ। 12 ਸਿਲਾਈਆਂ ਬਾਰ ਬਾਰ ਰਿਪੀਟ ਕਰਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਬਹੁਤ ਹੀ ਪਿਆਰਾ ਬਣ ਕੇ ਆਏਗਾ। ਹੁਣ ਆਪਾਂ ਚੌਥੀ ਸਿਲਾਈ ਬਣਾ ਲਈ, ਪੰਜਵੀਂ ਸਿਲਾਈ ਬਣਾਵਾਂਗੇ। ਪਹਿਲਾ ਕੁੰਡਾ ਉਤਾਰ ਲਿਆ, ਫਿਰ ਇੱਕ ਕੁੰਡਾ ਸਿੱਧਾ ਬਣਾਇਆ, ਫਿਰ ਧਾਗਾ ਆਪਣੀ ਵਾਲੀ ਸਾਈਡ ਕੀਤਾ, 5 ਕੁੰਡੇ ਬਿਨਾਂ ਬੁਣੇ ਉਤਾਰ ਲਏ, ਫਿਰ ਧਾਗਾ ਪਿੱਛੇ ਲੈ ਗਏ, ਸੋਰੀ ਇੱਕ ਹੋਰ ਸੀ, ਫਿਰ ਧਾਗਾ ਪਿੱਛੇ ਲੈ ਗਏ, ਇੱਕ ਕੁੰਡਾ ਸਿੱਧਾ ਬਣਾਇਆ। ਇਹ ਵੀ ਬਿਲਕੁਲ ਪਹਿਲੀ ਸਿਲਾਈ ਦੀ ਤਰ੍ਹਾਂ ਬਣਨੀ। ਧਾਗਾ ਆਪਣੀ ਵਾਲੀ ਸਾਈਡ ਲਿਆਂਦਾ, 5 ਕੁੰਡੇ ਬਿਨਾਂ ਬੁਣੇ ਉਤਾਰ ਲਏ, ਧਾਗਾ ਪਿੱਛੇ ਲੈ ਗਏ, ਇੱਕ ਕੁੰਡਾ ਸਿੱਧਾ, ਫਿਰ ਇੱਕ ਕੁੰਡਾ ਸਿੱਧਾ। ਪੰਜਵੀਂ ਸਿਲਾਈ ਬਣ ਗਈ ਆ, ਛੇਵੀਂ ਸਿਲਾਈ ਜਿਹੜੀ ਉਹ ਪੂਰੀ ਫਿਰ ਉਲਟੀ ਬਣਾ ਲਾਂਗੇ। ਸੱਤਵੀਂ ਸਿਲਾਈ ਦੇ ਵਿੱਚ ਫਿਰ ਆਪਾਂ ਡਿਜ਼ਾਈਨ ਬਣਾਵਾਂਗੇ। ਉਲਟੀਆਂ ਸਿਲਾਈਆਂ ਪੂਰੀਆਂ ਉਲਟੀਆਂ ਬਣਨੀਆਂ ਨੇ। ਤੁਸੀਂ ਇਸ ਡਿਜ਼ਾਈਨ ਨੂੰ ਆਪਣੇ ਬੱਚਿਆਂ ਦੀ ਕੋਟੀ ਤੇ, ਜੈਂਟਸ ਕੋਟੀ ਤੇ ਕਿਤੇ ਵੀ ਪਾਓਗੇ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਲੱਗੇਗਾ। ਇਹ ਹੁਣ ਆਪਾਂ ਛੇਵੀਂ ਸਿਲਾਈ ਜਿਹੜੀ ਬਣਾ ਕੇ ਕੰਪਲੀਟ ਕਰ ਲਈ, ਅੱਧਾ ਡਿਜ਼ਾਈਨ ਸਾਡਾ ਬਣ ਗਿਆ। ਹੁਣ ਅੱਗੇ ਵੇਖੋ ਆਪਾਂ ਕੀ ਕਰਨਾ ਹੈ। ਬਹੁਤ ਹੀ ਸੋਹਣਾ ਡਿਜ਼ਾਈਨ ਬਣਨਾ ਹੈ। ਪਹਿਲਾ ਕੁੰਡਾ ਉਤਾਰ ਲਿਆ,
फिर एक कुंडा सीधा बनाया, इस तो बाद दो कुंडे फिर सीधे बनावांगे, एक ते दो, दो कुंडे सीधे बना ले। हुण वेखो की करना है तुसी, ए जिहड़ा लास्ट वाला धागा है इहनू लैणा इस तरह करके, इन्हां कुंडियां दे थल्लियों दी इत्थों दी लिया के तुसी लास्ट वाला धागा जिहड़ा वा इस कुंडे दे नाल इहनू दोनों नू दो तों एक कर देना। लास्ट वाला धागा लियाउणा, ए जिहड़े दो धागे इहनां नू छड्ड देना। उस तो बाद दो कुंडे सीधे, फिर एक कुंडा सीधा, फिर दो कुंडे सीधे, फिर आपां की करांगे सेंटर वाला जिहड़ा कुंडा इस तरह ए वाले छड्ड देवांगे, ए लास्ट वाला जिहड़ा धागा आ इहनू आपां इस तरह करके लै के आउणा है, ते इस कुंडे दे नाल आपां दोनों नू इकट्ठे उण देना। फिर चार कुंडे अगले जिहड़े वो आपां सीधे बना लांगे। डिजाइन दी सतवीं सिलाई बन गई है। हुण आपां बनावांगे अठवीं सिलाई पूरी उल्टी उल्टी। अठवीं सिलाई जिहड़ी आ उह पूरी उल्टी बननी है। उल्टियां सिलाइयां सारियां ही उल्टियां उल्टियां बननियां ने। डिजाइन बनाउण विच बहुत ही सौखा है, बहुत ही प्यारा लगेगा बनने तो बाद। इस बिगनर जिहड़े उह भी बहुत आसानी दे नाल बना सकदे ने। अठवीं सिलाई बन गई है। हुण आ गए हां नौवीं सिलाई ते। नौवीं सिलाई च वेखो किस तरह करांगे। पहला कुंडा उतार लिया, फिर दो कुंडे सीधे, सॉरी एक कुंडा सीधा बना लिया, उस तो बाद फिर दो कुंडे सीधे, एक ते दो, दो कुंडे सीधे बना ले। हुण ए साडे कोलो दो धागे बचे ने, इन्हां दे विचों आपां फिर जिहड़ा ए नीचे वाला धागा आ इहनू लैणा, इस तरह करके नीचे वाले धागे नू लैणा, ते इस धागे दे नाल इस कुंडे दे नाल दो तों एक कर देना। फिर अगे एक ते दो कुंडे सीधे, यही छे कुंडे सी रिपीट करने। फिर वेखो एक कुंडा सीधा, एक दो, ये सीधे जदों सेंटर वाला कुंडा आया फिर आपां ए वाला नीचे धागा चुकना है, ते इहदे नाल आपां लै के दो तों एक कर देना। अगले चार कुंडे आपां फिर सीधे बना लांगे। डिजाइन दी साडी नौवीं सिलाई बन गई। हुण दसवीं सिलाई उल्टी जिहड़ी आ वो आपां पूरी उल्टी बनावांगे। ਹੁਣ ਆ ਗਏ ਅਸੀਂ ਡਿਜ਼ਾਈਨ ਦੀ 11ਵੀਂ ਸਿਲਾਈ ਤੇ। ਸਿੱਧੀ ਸਿਲਾਈ ਤੋਂ ਪਹਿਲਾ ਕੁੰਡਾ ਉਤਾਰ ਲਿਆ, ਫਿਰ ਤਿੰਨ ਕੁੰਡੇ ਸਿੱਧੇ, ਇੱਕ ਦੋ ਤੇ ਤਿੰਨ, ਤਿੰਨ ਕੁੰਡੇ ਸਿੱਧੇ ਬਣਾ ਲਏ। ਹੁਣ ਇਹ ਸੈਂਟਰ ਵਾਲਾ ਜਦੋਂ ਕੁੰਡਾ ਆ ਗਿਆ, ਤੇ ਇਹ ਸਾਡੇ ਕੋਲ ਇੱਕ ਧਾਗਾ ਬਚਿਆ ਵਾ, ਇਹਨੂੰ ਆਪਾਂ ਇਹਦੇ ਨਾਲ ਲੈ ਕੇ ਇਸ ਤਰ੍ਹਾਂ ਕਰਕੇ ਦੋ ਤੋਂ ਇੱਕ ਕਰ ਦੇਣਾ। ਫਿਰ ਇਸ ਤੋਂ ਬਾਅਦ ਵੇਖੋ ਇੱਕ ਤੇ ਦੋ ਕੁੰਡੇ ਸਿੱਧੇ, ਇਹੀ ਛੇ ਕੁੰਡੇ ਅਸੀਂ ਰਿਪੀਟ ਕਰਨੇ ਆ। ਫਿਰ ਇੱਕ ਕੁੰਡਾ ਸਿੱਧਾ, ਇੱਕ ਦੋ ਕੁੰਡੇ ਸਿੱਧੇ, ਫਿਰ ਇਹ ਵਾਲਾ ਸੈਂਟਰ ਵਾਲਾ ਧਾਗਾ ਜਿਹੜਾ ਇਹਦੇ ਨਾਲ ਆਪਾਂ ਦੋਨਾਂ ਤੋਂ ਦੋ ਤੋਂ ਇੱਕ ਕਰ ਦੇਣਾ। ਅਗਲੇ ਚਾਰ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਆ। ਹੁਣ 12ਵੀਂ ਸਿਲਾਈ ਉਲਟੀ ਜਿਹੜੀ ਆ ਉਹ ਪੂਰੀ ਉਲਟੀ ਬਣੇਗੀ। ਪੂਰੀ ਸਿਲਾਈ ਆਪਾਂ ਉਲਟੀ ਉਲਟੀ ਬਣਾ ਲੈਣੀ ਹੈ। ਇਹੀ 12 ਸਿਲਾਈਆਂ ਅਸੀਂ ਬਾਰ ਬਾਰ ਰਿਪੀਟ ਕਰਦੇ ਜਾਣਾ ਹੈ, ਅਤੇ ਡਿਜ਼ਾਈਨ ਸਾਡਾ ਜਿਹੜਾ ਬਣ ਕੇ ਤਿਆਰ ਹੁੰਦਾ ਜਾਣਾ। 12 ਸਿਲਾਈਆਂ ਸਾਡੀਆਂ ਬਣ ਗਈਆਂ ਨੇ। 12 ਸਿਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਵੇਖੋ ਇਸ ਤਰ੍ਹਾਂ ਨਜ਼ਰ ਆਉਂਦਾ ਆ, ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਆ। ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਜ਼ਰੂਰ ਕਰਿਓ। ਅੱਗੇ ਤੋਂ ਅੱਗੇ ਜਦੋਂ ਬਣਾਉਂਦੇ ਜਾਵਾਂਗੇ ਤਾਂ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਤਿਆਰ ਹੁੰਦਾ ਜਾਏਗਾ। ਬਹੁਤ ਹੀ ਪਿਆਰਾ ਡਿਜ਼ਾਈਨ ਆ। ਮਿਲਦੇ ਹਾਂ ਫਿਰ ਇਸੇ ਤਰ੍ਹਾਂ ਦੇ ਸੋਹਣੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।